ਅਮਰੀਕਾ ਦੇ ਨਿਊਯਾਰਕ ਪੁਲਿਸ ਵਿੱਚ ਇੱਕ ਸਿੱਖ ਦਲਜੀਤ ਸਿੰਘ ਨੂੰ ਅਸਿਸਟੈਂਟ ਕਮਿਸ਼ਨਰ ਦਾ ਅਹੁਦਾ ਮਿਲਣ ਤੇ SGPC ਦੇ ਅਮਰੀਕਾ ਸਰਕਾਰ ਦੀ ਪ੍ਰਸ਼ੰਸਾ ਕੀਤੀ ਹੈ। ਇਸੇ ਤਰ੍ਹਾਂ ਹੀ ਉਹਨਾਂ ਅਮਰੀਕਾ ਸਰਕਾਰ ਵੱਲੋਂ ਸਿੱਖ ਧਰਮ ਦੇ ਧਾਰਮਿਕ ਚਿੰਨ੍ਹ ਪਹਿਨਣ ਨੂੰ ਮਨਜ਼ੂਰੀ ਦੇਣ ਉੱਪਰ ਵੀ ਧੰਨਵਾਦ ਕੀਤਾ। ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ SGPC ਦੇ ਸੈਕਟਰੀ ਦਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਿੱਖ ਪਹਿਚਾਣ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਅਤੇ ਇਸ ਮਾਮਲੇ ਵਿੱਚ SGPC ਵੱਲੋਂ ਕਈ ਵਾਰ ਸਵਾਲ ਵੀ ਖੜੇ ਕੀਤੇ ਗਏ ਸਨ ਤਾਂ ਜੋ ਸਿੱਖ ਪਹਿਚਾਣ ਨੂੰ ਲੋਕਾਂ ਦੇ ਵਿੱਚ ਲਿਜਾਇਆ ਜਾ ਸਕੇ। ਲੇਕਿਨ ਜਦੋਂ ਨਿਊਯਾਰਕ ਪੁਲਿਸ ਵਿੱਚ ਸਿੱਖ ਲਿਬਾਸ ਵਿੱਚ ਦਲਜੀਤ ਸਿੰਘ ਨੂੰ ਪਾਇਆ ਗਿਆ ਤਾਂ ਹਰ ਸਿੱਖ ਦਾ ਫਖਰ ਨਾਲ ਸਿਰ ਉੱਚਾ ਹੋ ਗਿਆ। ਮਾਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਲੇਟਫਾਰਮ ਤੋਂ ਇਹ ਗੱਲ ਕਹਿੰਦਿਆਂ ਖੁਸ਼ੀ ਪ੍ਰਗਟ ਕੀਤੀ ਜਾਂਦੀ ਹੈ ਕਿ ਨਿਊਯਾਰਕ ਦੇ ਵਿੱਚ ਇੱਕ ਬੜੀ ਵੱਡੇ ਪੁਲਿਸ ਦੇ ਅਹੁਦੇ 'ਤੇ ਜਿਹੜਾ ਹੈ ਮਤਲਬ ਇੱਕ ਸਿੱਖ ਨੂੰ ਆਨਰੀ ਤੌਰ 'ਤੇ ਜਿਹੜਾ ਹੈ ਉਹ ਤੈਨਾਤ ਕੀਤਾ ਗਿਆ ਔਰ ਖਾਸ ਕਰਕੇ ਮਤਲਬ ਪੁਲਿਸ ਵੱਲੋਂ ਆਪ ਚੱਲ ਕੇ ਮਤਲਬ ਜਿਹੜਾ ਹੈ ਉਹਨਾਂ ਨੂੰ ਇਸ ਗੱਲ ਲਈ ਸਨਮਾਨਿਤ ਕੀਤਾ ਗਿਆ ਹੈ ਕਿ ਤੁਸੀਂ ਬਤੌਰ ਆਪਣੇ ਸਿੱਖੀ ਲਿਬਾਸ ਦੇ ਵਿੱਚ ਜਿਹੜੀ ਆ ਉਹ ਪੁਲਿਸ ਦੀਆਂ ਸੇਵਾਵਾਂ ਜਿਹੜੀਆਂ ਨਿਭਾਓ ਔਰ ਇਹ ਭਾਈ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੂੰ ਜਿਹੜਾ ਇਹ ਸਹਾਇਕ ਪੁਲਿਸ ਕਮਿਸ਼ਨਰ ਦਾ ਜਿਹੜਾ ਅਹੁਦਾ ਦੇਣਾ ਹੈ ਉਹ ਮੁਬਾਰਕ ਆ ਔਰ ਬੜੀ ਵਧੀਆ ਗੱਲ ਆ ਔਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮਤਲਬ ਉੱਥੋਂ ਦੀ ਸਰਕਾਰ ਜਿਹੜੀ ਆ ਉਹ ਬਾਕੀ ਧਰਮਾਂ ਦਾ ਵੀ ਸਤਿਕਾਰ ਜਿਹੜਾ ਹੈ ਉਹ ਬਾਹਰ ਰੱਖ ਰਹੀ ਹੈ। ਇਹਦੇ ਨਾਲ ਹੀ ਜਿਹੜਾ ਹੈ ਮਤਲਬ ਫੌਜ ਦੇ ਵਿੱਚ ਜਿਹੜਾ ਹੈ ਮਤਲਬ ਸਾਰੇ ਧਰਮਾਂ ਦੇ ਅਨਿਆਈਆਂ ਨੂੰ ਆਪਣੇ ਆਪਣੇ ਧਰਮ ਦੀ ਪਾਲਣਾ ਕਰਨ ਦੀ ਆਗਿਆ ਦੇਣੀ ਇਹ ਵੀ ਇੱਕ ਮਤਲਬ ਬੜਾ ਵੱਡਾ ਫਰਾਖਦਲੀ ਵਾਲੀ ਗੱਲ ਸਮਝ ਲਓ ਜਾਂ ਇਹ ਸਮਝ ਲਓ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਗੱਲ ਕਹੀ ਗਈ ਜਾ ਸਕਦੀ ਹੈ। ਜਿਹੜੇ ਸਿੱਖ ਫੌਜ ਦੇ ਵਿੱਚ ਆਪਣੀ ਟਰਬਨ ਜਾਂ ਆਪਣੇ ਜਿਹੜੇ ਕਕਾਰ ਸੀ ਪਹਿਲਾਂ ਨਹੀਂ ਪਹਿਣ ਸਕਦੇ ਹੁਣ ਉਹਨਾਂ ਨੂੰ ਆਗਿਆ ਦੇ ਦਿੱਤੀ ਗਈ ਹੈ ਔਰ ਉਹ ਆਪਣਾ ਪੂਰਾ ਦਾੜਾ ਵੀ ਸਜਾ ਸਕਦੇ ਆਪਣੀ ਦਸਤਾਰ ਵੀ ਸਜਾ ਸਕਦੇ ਆਪਣੇ ਕਕਾਰ ਵੀ ਪਹਿਣ ਕੇ ਆਪਣੇ ਧਰਮ ਦੀ ਪੂਜਾ ਵੀ ਕਰ ਸਕਦੇ। ਇਸ ਕਰਕੇ ਇਹਦੇ ਨਾਲ ਇੱਕ ਬੜਾ ਵੱਡਾ ਸਿੱਖ ਕੌਮ ਨੂੰ ਰਾਹਤ ਵਾਲੀ ਗੱਲ ਹੋਈ ਔਰ ਮੈਂ ਮੁਬਾਰਕ ਵੀ ਦਿੰਦਾ ਔਰ ਉੱਥੋਂ ਦੀ ਸਰਕਾਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਟ ਤੋਂ ਮਤਲਬ ਧੰਨਵਾਦ ਵੀ ਕਰਦਾ। ਹਾਂ ਬਹੁਤ ਵੱਡੀ ਮਤਲਬ ਇਸ ਗੱਲ ਨਾਲ ਵਧੀਆ ਮੈਸੇਜ ਆਉਂਦਾ ਹੈ ਵੀ ਜਿਹੜੀ ਸਿੱਖ ਦੀ ਪਹਿਚਾਣ ਹੈ ਔਰ ਏਡੇ ਵੱਡੇ ਦੇਸ਼ ਵੱਲੋਂ ਜਦੋਂ ਇਹੋ ਜਿਹੀ ਕੋਈ ਗੱਲ ਕਰਨੀ ਹੈ ਕੁਦਰਤੀ ਹੈ ਵੀ ਜਿਹੜੇ ਬਾਕੀ ਦੇਸ਼ ਨੇ ਉਹਨਾਂ 'ਤੇ ਵੀ ਇਸ ਗੱਲ ਦੀ ਪਹਿਚਾਣ ਸੰਬੰਧੀ ਜਿਹੜਾ ਬੜਾ ਵਧੀਆ ਮੈਸੇਜ ਪ੍ਰਵੇਖ ਹੁੰਦਾ। ਅੰਮ੍ਰਿਤਸਰ ਤੋਂ ਹਰਸ਼ ਪੁੰਜ ਦੀ ਰਿਪੋਰਟ, ਜਗ ਸੇਵਕ, ਵੈਬ TV।